ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਨੂੰ ਹਰ ਸਾਲ ਗੁਰਦਾਸਪੁਰ ਦੇ ਪਿੰਡ ਅਗਵਾਨ ਵਿੱਚ ਇੱਕ ਸ਼ਹੀਦ ਵਜੋਂ ਯਾਦ ਕੀਤਾ ਜਾਂਦਾ ਹੈ। ਪਰ ਇਸ ਸਾਲ ਇਹ ਸਮਾਗਮ ਇਸ ਅਪੀਲ ਕਾਰਨ ਚਰਚਾ ਵਿੱਚ ਸੀ। ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਨੌਜਵਾਨਾਂ ਨੂੰ ਇਹ ਅਪੀਲ ਕਰਾਂਗਾ ਕਿ ਅਸੀਂ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਔਰ 6 ਜਨਵਰੀ ਨੂੰ ਖਾਲਸਾ ਹੀ ਦਸਤਾਰਾਂ ਸਜਾ ਕੇ ਯਾਦ ਕਰਨਾ ਔਰ 6 ਜਨਵਰੀ ਨੂੰ ਵੱਧ ਤੋਂ ਵੱਧ ਸੰਗਤਾਂ ਪਿੰਡ ਅਗਵਾਨ ਦੇ ਵਿੱਚ ਵੀ ਪਹੁੰਚਣ ਦੀ ਕਿਰਪਾਲਤਾ ਕਰਨਾ। ਇਹ ਅਪੀਲ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਤਵੰਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਕੀਤੀ ਗਈ ਸੀ। 6 ਜਨਵਰੀ 1999 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਾਮਲੇ ਵਿੱਚ ਦੋਸ਼ੀ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਬੇਅੰਤ ਸਿੰਘ ਅਤੇ ਸਤਵੰਤ ਸਿੰਘ ਇੰਦਰਾ ਗਾਂਧੀ ਦੇ ਅੰਗਰੱਖਿਅਕ ਸਨ ਅਤੇ ਕੇਹਰ ਸਿੰਘ ਬੇਅੰਤ ਸਿੰਘ ਦਾ ਚਾਚਾ ਅਤੇ ਦਿੱਲੀ ਵਿੱਚ ਸਰਕਾਰੀ ਮੁਲਾਜ਼ਮ ਸੀ। 1999 ਤੋਂ ਇੱਥੇ 6 ਜਨਵਰੀ ਮੌਕੇ ਸਮਾਗਮ ਕਰਵਾਇਆ ਜਾਂਦਾ ਹੈ। ਇਹ ਸਮਾਗਮ ਸਤਵੰਤ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਦੇ ਜੱਦੀ ਪਿੰਡ ਅਗਵਾਨ ਵਿੱਚ ਕਰਵਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਥੇਦਾਰ ਰਘਵੀਰ ਸਿੰਘ ਪਹੁੰਚੇ ਸਨ ਅਤੇ ਇਸ ਦੇ ਨਾਲ ਕਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਵੀ ਪਹੁੰਚੀਆਂ ਸਨ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਹੁੰਚਣ ਦੀ ਗੱਲ ਕੀਤੀ ਜਾ ਰਹੀ ਸੀ, ਪਰ ਉਹ ਸਮਾਗਮ ਵਿੱਚ ਨਹੀਂ ਪਹੁੰਚੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਇਸ ਮੌਕੇ ਪਰਿਵਾਰ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕੀਤਾ। ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਮੈਂ ਉਦੋਂ ਜ਼ਿਲ੍ਹੇ ਦਾ ਜਥੇਦਾਰ ਸੀ। ਮੈਨੂੰ ਇਸ ਪਰਿਵਾਰ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਿਆ। ਮੈਨੂੰ ਯਾਦ ਆ ਪਹਿਲਾਂ ਜਦੋਂ ਭੋਗ ਇੱਥੇ ਪਿਆ ਸਤਵੰਤ ਸਿੰਘ ਸ਼ਹੀਦ ਦਾ ਅਤੇ ਬੰਦੇ ਸਾਰੇ 20 ਸੀ। 10-15 ਸਾਲ ਪੰਥਕ ਘੋਣ ਵਾਲਾ, ਦੂਜਿਆਂ ਨੇ ਆਉਣਾ ਕੀ ਸੀ, ਪੰਥਕ ਘੋਣ ਵਾਲਾ ਵੀ ਕੋਈ ਬੰਦਾ ਇਹ ਧਰਤੀ 'ਤੇ ਨਹੀਂ ਆਇਆ। ਇਸ ਮੌਕੇ ਸਤਵੰਤ ਸਿੰਘ ਦੀ ਮਾਤਾ ਨੇ ਉਹਨਾਂ ਦੀ ਸਤਵੰਤ ਸਿੰਘ ਨਾਲ ਆਖਰੀ ਮੁਲਾਕਾਤ ਬਾਰੇ ਵੀ ਦੱਸਿਆ ਕਿ ਫਾਂਸੀ ਤੋਂ ਪਹਿਲਾਂ ਉਹਨਾਂ ਦੋਵਾਂ ਵਿਚਾਲੇ ਕੀ ਗੱਲਬਾਤ ਹੋਈ ਸੀ। ਜਿੱਦਾਂ ਅਖੀਰੀ ਸੀ ਮੁਲਾਕਾਤ ਹੋਈ ਹੈ, ਉਹਨਾਂ ਆਖਿਆ ਮਾਤਾ ਰੋਂਦੀ ਦੀ ਫੋਟੋ ਨਹੀਂ ਤੈਨੂੰ ਆਉਣੀ ਚਾਹੀਦੀ, ਡੁੱਲ ਕੇ ਫੋਟੋ ਨਾ ਤੇਰੀ ਆਵੇ, ਚੜ੍ਹਦੀ ਕਲਾ ਦੀ ਫੋਟੋ ਤੇਰੀ ਆਵੇ, ਚੜ੍ਹਦੀ ਕਲਾ 'ਚ ਪਤਲਾ ਰਹੀ ਨਹੀਂ ਆਏ ਹੀ ਨਹੀਂ ਗੇ ਇੱਥੋਂ। ਇਤਰਾ ਹੁਣ ਕਹਿ ਦਿੱਤਾ ਨਾ ਪ੍ਰਮਾਣ ਪੱਥਰ ਕਰਕੇ ਤੇ ਸੋਹਣਾ ਤੂੰ ਫੋਟੋ ਹੋਣੇ ਨੇ ਬੜੇ ਉੱਥੇ ਲੈਣ ਵਾਲੇ ਤੇ ਹੈ ਵੀ ਬੜੇ ਸਨ, ਕਦੀ ਆਉਣ ਮੂੰਹ ਕਰ ਕਦੀ ਆਉਣ ਵੀ ਤੇਰੀ ਅਥਰੂ ਨਹੀਂ ਕਿਰਦੀ ਦੇ ਫੋਟੋ ਹੋਣੇ। ਪਿੰਡ 'ਚ ਮਾਹੌਲ ਸਾਡਾ ਬੜਾ ਵਧੀਆ ਸੀ, ਸਭ ਦੁੱਖ ਸਾਡਾ ਵੰਡਦੇ ਰਹੇ। ਐਸਾ ਵੀ ਸਮਾਂ ਆਇਆ ਜਦੋਂ ਇੰਦਰਾ ਮਰਨ ਤੋਂ ਬਾਅਦ ਸਾਡੇ ਘਰਾਂ ਦੇ ਵਿੱਚ 45-45 ਦਿਨ ਚੁੱਲ੍ਹੇ ਨਹੀਂ ਤਪੇ, ਸੋ ਸੰਕਟ ਦਾ ਸਮਾਂ ਸੀ। ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਰਸ, ਗੁਰੂ ਸਾਹਿਬਾਂ ਨੇ ਉਦੋਂ ਵੀ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਜਿਹੜੀਆਂ ਰੱਬ ਦੀਆਂ ਜਿਹੜੀਆਂ ਸਾਧੂ ਰੂਪ ਸੰਗਤਾਂ ਸੀ ਉਹਨਾਂ ਨੇ ਸਾਡਾ ਉਸ ਸਮੇਂ ਵੀ ਸਾਥ ਦਿੱਤਾ ਅਤੇ ਅੱਜ ਵੀ ਦੇ ਰਹੇ।